ਅੱਜ ਜਨਮ ਦਿਨ ਦੇ ਮੌਕੇ ਪਰਿਵਾਰ ਦੇ ਲਈ ਮਿਲਣ ਪਹੁੰਚੇ? ਹਾਂਜੀ, ਪੱਟੀਵਾਲ ਕਲਾਂ ਪਿੰਡ ਆ ਭੋਨੀਗੜ੍ਹ ਦੇ ਲਾਗੇ। ਪਿਛਲੇ ਦਿਨੀ ਪਰਿਵਾਰ ਦੀ ਬਾਰਿਸ਼ ਕਾਰਨ ਛੱਤ ਗਿਰ ਗਈ ਸੀ ਅਤੇ ਬੜਾ ਮਨ ਨੂੰ ਦੁੱਖ ਲੱਗਿਆ। ਉਹ ਸੋਸ਼ਲ ਮੀਡੀਆ 'ਤੇ ਤੁਹਾਡੇ ਚੈਨਲ ਰਾਹੀਂ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ, ਅਤੇ ਮੈਂ ਤੁਰੰਤ, ਮਤਲਬ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਮੈਂ ਥੋੜ੍ਹਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ। ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਅਤੇ ਮੈਂ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ, ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ। ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ, ਅਤੇ ਅਸੀਂ ਪਰਿਵਾਰ ਦੇ ਨਾਲ ਖੜ੍ਹਾਂਗੇ ਨਿੱਜੀ ਤੌਰ 'ਤੇ ਵੀ, ਸਰਕਾਰ ਵੱਲੋਂ ਵੀ, ਅਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਅਤੇ ਇੱਕ ਖੁਸ਼ਹਾਲ ਜੀਵਨ ਜੋ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ, ਤਾਂ ਜਿਹੜੇ ਅਸੀਂ ਕਹਿ ਦਈਏ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਉਲਟੀ ਸੀ, ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ? ਨਹੀਂ ਬਿਲਕੁਲ, ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾ ਆਮ ਬੰਦਾ ਕਰ ਰਿਹਾ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ। ਅਸੀਂ ਇੱਕ ਛੋਟੇ ਜਿਹੇ ਪਿੰਡ 'ਚੋਂ ਹਾਂ, ਸਾਡੇ ਅਸੀਂ ਵੀ ਗਾਡਰ ਬਾਲਿਆਂ ਨੇ ਘਰਾਂ 'ਚ ਰਹਿੰਦੇ ਨੇ ਹੁਣ ਤੱਕ, ਅਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇਖ ਸਕਦੇ ਹੋ ਗਾਡਰ ਬਾਲਿਆਂ 'ਤੇ ਆ। ਉਹ ਜਦੋਂ ਛੱਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ, ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਵੀ ਸਾਨੂੰ ਪਤਾ, ਜੋ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਅਤੇ ਉਸੇ ਦਾ ਹੱਲ ਕਰ ਸਕਦੇ ਹੋ। ਹੁਣ ਅਗਰ ਚੰਡੀਗੜ੍ਹ ਬੈਠੇ ਹੋਈਏ, ਵੱਡੇ ਵੱਡੇ ਮਹਿਲਾਂ 'ਚ ਜਨਮੇ ਹੋਈਏ, ਤਾਂ ਸਾਨੂੰ ਤਾਂ ਇਹ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ। ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ, ਤਾਂ ਹੱਲ ਕੀ ਕਰਾਂਗੇ? ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਹੁਣ ਘਰ ਦੀ ਛੱਤ ਅਸੀਂ ਕਹਿ ਸਕਦੇ ਹਾਂ ਜਲਦੀ ਪੈ? ਬਿਲਕੁਲ ਪਊਗੀ, ਸਾਡਾ ਫਰਜ਼ ਹੈ। ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ, ਅਤੇ ਜਿਹੜੀ ਭਵਾਨੀਗੜ੍ਹ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲੱਖੇ ਉਹ ਆਏ ਨੇ ਬਾਈ, ਸਾਰਿਆਂ ਨੂੰ ਮੈਂ ਕਿਹਾ ਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾ ਗਾ, ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ, ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ, ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਆ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜ੍ਹਾ ਕਰਕੇ ਦੇਣਾ ਆਪਾਂ। ਜੋ ਅੱਜ ਜਨਮ ਦਿਨ ਦੇ ਮੌਕੇ ਪਰਿਵਾਰ ਦੇ ਲਈ ਮਿਲਣ ਪਹੁੰਚੇ? ਹਾਂਜੀ, ਪੱਟੀਵਾਲ ਕਲਾਂ ਪਿੰਡ ਆ ਭੋਨੀਗੜ੍ਹ ਦੇ ਲਾਗੇ। ਪਿਛਲੇ ਦਿਨੀ ਪਰਿਵਾਰ ਦੀ ਬਾਰਿਸ਼ ਕਾਰਨ ਛੱਤ ਗਿਰ ਗਈ ਸੀ ਅਤੇ ਬੜਾ ਮਨ ਨੂੰ ਦੁੱਖ ਲੱਗਿਆ। ਉਹ ਸੋਸ਼ਲ ਮੀਡੀਆ 'ਤੇ ਤੁਹਾਡੇ ਚੈਨਲ ਰਾਹੀਂ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ, ਅਤੇ ਮੈਂ ਤੁਰੰਤ, ਮਤਲਬ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਮੈਂ ਥੋੜ੍ਹਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ। ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਅਤੇ ਮੈਂ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ, ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ। ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ, ਅਤੇ ਅਸੀਂ ਪਰਿਵਾਰ ਦੇ ਨਾਲ ਖੜ੍ਹਾਂਗੇ ਨਿੱਜੀ ਤੌਰ 'ਤੇ ਵੀ, ਸਰਕਾਰ ਵੱਲੋਂ ਵੀ, ਅਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਅਤੇ ਇੱਕ ਖੁਸ਼ਹਾਲ ਜੀਵਨ ਜੋ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ, ਤਾਂ ਜਿਹੜੇ ਅਸੀਂ ਕਹਿ ਦਈਏ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਉਲਟੀ ਸੀ, ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ? ਨਹੀਂ ਬਿਲਕੁਲ, ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾ ਆਮ ਬੰਦਾ ਕਰ ਰਿਹਾ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ। ਅਸੀਂ ਇੱਕ ਛੋਟੇ ਜਿਹੇ ਪਿੰਡ 'ਚੋਂ ਹਾਂ, ਸਾਡੇ ਅਸੀਂ ਵੀ ਗਾਡਰ ਬਾਲਿਆਂ ਨੇ ਘਰਾਂ 'ਚ ਰਹਿੰਦੇ ਨੇ ਹੁਣ ਤੱਕ, ਅਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇਖ ਸਕਦੇ ਹੋ ਗਾਡਰ ਬਾਲਿਆਂ 'ਤੇ ਆ। ਉਹ ਜਦੋਂ ਛੱਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ, ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਵੀ ਸਾਨੂੰ ਪਤਾ, ਜੋ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਅਤੇ ਉਸੇ ਦਾ ਹੱਲ ਕਰ ਸਕਦੇ ਹੋ। ਹੁਣ ਅਗਰ ਚੰਡੀਗੜ੍ਹ ਬੈਠੇ ਹੋਈਏ, ਵੱਡੇ ਵੱਡੇ ਮਹਿਲਾਂ 'ਚ ਜਨਮੇ ਹੋਈਏ, ਤਾਂ ਸਾਨੂੰ ਤਾਂ ਇਹ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ। ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ, ਤਾਂ ਹੱਲ ਕੀ ਕਰਾਂਗੇ? ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਹੁਣ ਘਰ ਦੀ ਛੱਤ ਅਸੀਂ ਕਹਿ ਸਕਦੇ ਹਾਂ ਜਲਦੀ ਪੈ? ਬਿਲਕੁਲ ਪਊਗੀ, ਸਾਡਾ ਫਰਜ਼ ਹੈ। ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ, ਅਤੇ ਜਿਹੜੀ ਭਵਾਨੀਗੜ੍ਹ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲੱਖੇ ਉਹ ਆਏ ਨੇ ਬਾਈ, ਸਾਰਿਆਂ ਨੂੰ ਮੈਂ ਕਿਹਾ ਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾ ਗਾ,
ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ, ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ, ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜ੍ਹਾ ਕਰਕੇ ਦੇਣਾ ਆਪਾਂ ਨੇ। ਜੋ ਅੱਜ ਜਨਮ ਦਿਨ ਦੇ ਮੌਕੇ ਪਰਿਵਾਰ ਦੇ ਲਈ ਮਿਲਣ ਪਹੁੰਚੇ? ਹਾਂਜੀ, ਇਹ ਪੱਟੀਵਾਲ ਕਲਾਂ ਪਿੰਡ ਆ ਭੋਨੀਗੜ੍ਹ ਦੇ ਲਾਗੇ। ਪਿਛਲੇ ਦਿਨ ਪਰਿਵਾਰ ਦੀ ਬਾਰਿਸ਼ ਕਾਰਨ ਛੱਤ ਗਿਰ ਗਈ ਸੀ ਅਤੇ ਬੜਾ ਮਨ ਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ 'ਤੇ ਤੁਹਾਡੇ ਚੈਨਲ ਰਾਹੀਂ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ। ਅਤੇ ਮੈਂ ਤੁਰੰਤ, ਮਤਲਬ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਮੈਂ ਥੋੜ੍ਹਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ। ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਅਤੇ ਮੈਂ ਸਮੇਂ 'ਚ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਉਹ ਲੈ ਕੇ ਪਹੁੰਚਿਆ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ, ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ। ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ ਅਤੇ ਅਸੀਂ ਪਰਿਵਾਰ ਦੇ ਨਾਲ ਖੜ੍ਹਾਂਗੇ ਨਿੱਜੀ ਤੌਰ 'ਤੇ ਵੀ ਸਰਕਾਰ ਵੱਲੋਂ ਵੀ, ਅਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਅਤੇ ਇੱਕ ਖੁਸ਼ਹਾਲ ਜੀਵਨ ਜੋ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਿ ਦਈਏ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਉਲਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ। ਬਿਲਕੁਲ, ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗ ਆਮ ਬੰਦਾ ਕਰ ਰਿਹਾ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ। ਅਸੀਂ ਇੱਕ ਛੋਟੇ ਜਿਹੇ ਪਿੰਡ 'ਚੋਂ ਹਾਂ, ਸਾਡੇ ਅਸੀਂ ਵੀ ਗਾਡਰ ਬਾਲਿਆਂ ਘਰਾਂ 'ਚ ਰਹਿੰਦੇ ਰਹੇ ਹੁਣ ਤੱਕ, ਅਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇਖ ਸਕਦੇ ਹੋ ਗਾਡਰ ਬਾਲਿਆਂ 'ਤੇ ਆ। ਉਹ ਜਦੋਂ ਛੱਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ, ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਹੋਈਆਂ, ਸਾਨੂੰ ਪਤਾ ਜੋ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਅਤੇ ਉਸੇ ਦਾ ਹੱਲ ਕਰ ਸਕਦੇ ਹੋ। ਹੁਣ ਅਗਰ ਚੰਡੀਗੜ੍ਹ ਬੈਠੇ ਹੋਈਏ, ਵੱਡੇ ਵੱਡੇ ਮਹਿਲਾਂ 'ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਹ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ। ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ ਤਾਂ ਹੱਲ ਕੀ ਕਰਾਂਗੇ? ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਹੁਣ ਘਰ ਦੀ ਸ਼ਾਤ ਅਸੀਂ ਕਹਿ ਸਕਦੇ ਹਾਂ ਜਲਦੀ ਪੈ? ਬਿਲਕੁਲ ਪਊਗੀ, ਸਾਡਾ ਫਰਜ਼ ਹੈ। ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਅਤੇ ਜਿਹੜੀ ਭਵਾਨੀਗੜ੍ਹ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲੱਖੇਉਰੀ ਆਏ ਨੇ, ਬਾਈ ਸਾਰਿਆਂ ਨੂੰ ਮੈਂ ਕਿਹਾ ਹੈਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾ ਗਾ, ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ, ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ, ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜ੍ਹਾ ਕਰਕੇ ਦੇਣਾ ਆਪਾਂ ਨੇ।